ਸਰ ਜੋ ਪ੍ਰੋਫੈਸਰ ਰਜਿੰਦਰਪਾਲ ਸਿੰਘ ਅਬਰਾੜ ਜੀ, ਡਾਕਟਰ ਲਖਵਿੰਦਰ ਜੌਹਰ ਜੀ, ਪ੍ਰੋਫੈਸਰ ਸੁਰਜੀਤ ਸਿੰਘ ਜੀ, ਡਾਕਟਰ ਗੁਰਜੰਤ ਸਿੰਘ ਜੀ, ਮੇਰੇ ਪਿਆਰੇ ਅਧਿਆਪਕ ਸਾਥੀਓ ਅਤੇ ਵਿਦਿਆਰਥੀਓ, ਸਭ ਤੋਂ ਪਹਿਲੇ ਮੈਂ ਤਿੰਨ ਸੰਸਥਾਵਾਂ ਨੂੰ, ਉਸ ਤੋਂ ਬਾਅਦ ਸਾਰੇ ਸਾਥੀ ਵਧਾਈ ਦਿੰਦਾ ਹਾਂ। ਮੈਂ ਬਹੁਤ ਸੋਹਣੇ ਕੀਮਤੀ ਮਿੱਤਰ ਪ੍ਰੀਤ ਨੂੰ ਸਮਰਪਿਤ ਜਨਮ ਸ਼ਤਾਬਦੀ ਸਮਰਪਿਤ ਹੋਰੋ ਦਾ ਸੈਮੀਨਾਰ ਔਰਗਨਾਈਜ਼ ਕੀਤਾ। ਉਹ ਸੰਸਥਾਵਾਂ ਹਨ ਪੰਜਾਬੀ ਵਿਭਾਗ ਦੀ ਸਾਹਿਤ ਸਭਾ, ਬੜਾ ਅੱਛਾ ਇਹਨਾਂ ਦੇ ਇਨੀਸ਼ੀਏਟਿਵ ਹੈ, ਜਿਹਦੇ ਬੇਸਿਸ 'ਤੇ ਸਾਹਿਤ ਸਭਾ ਪੰਜਾਬੀ ਵਿਭਾਗ ਦੇ ਵਿੱਚ ਸਥਾਪਿਤ ਕੀਤੀ ਹੈ। ਉਹਨੂੰ ਮੁਬਾਰਕਬਾਦ ਦਿੰਦਾ, ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੰਦਾ ਅਤੇ ਨਾਲ ਨਾਲ ਪੰਜਾਬ ਕਲਾ ਪ੍ਰੀਸ਼ਦ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਪੰਜਾਬੀ ਸਟੀ ਪਟਿਆਲਾ ਨਾਲ ਸਾਂਝ ਪਾ ਕੇ ਸਵੇਰੋਜਾ ਸੈਮੀਨਾਰ ਆਯੋਜਿਤ ਕੀਤਾ ਹੈ। ਤਿੰਨਾਂ ਵਿਭਾਗਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਅੰਮ੍ਰਿਤਾ ਪ੍ਰੀਤਮ ਬਾਰੇ ਜਦੋਂ ਵੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਹਰੇਕ ਘਰ 'ਚ ਉਹਦੀ ਚਰਚਾ ਹੁੰਦੀ ਹੈ, ਕਿਉਂਕਿ ਜਿਵੇਂ ਅਸੀਂ ਅੰਗਰੇਜ਼ੀ ਕਹਿੰਦੇ ਹਾਂ ਹਾਊਸ ਹੋਲਡ ਨੇਮ, ਅੰਮ੍ਰਿਤਾ ਪ੍ਰੀਤਮ ਜਿਵੇਂ ਕਹਾਂ ਵੀ ਸਾਡੇ ਹੱਡਾਂ 'ਚ ਰਚੀ ਹੋਈ ਹੈ, ਸਾਡੇ ਖੂਨ 'ਚ ਡੀਐਨਏ ਵਿੱਚ, ਇਸ ਤਰ੍ਹਾਂ ਦੀ ਉਹ ਲੇਖਿਕਾ ਹੋਈ ਹੈ। ਚਾਹੇ ਉਹ ਕਵਿਤਰੀ ਦੇ ਫੋਰਮ 'ਚ ਹੋਈ ਹੈ, ਚਾਹੇ ਉਹ ਨਾਵਲਕਾਰ ਦੇ ਫੋਰਮ 'ਚ ਹੋਈ ਹੈ, ਚਾਹੇ ਉਹ ਕਹਾਣੀਕਾਰ ਦੇ ਫੋਰਮ 'ਚ ਹੋਈ ਹੈ ਜਾਂ ਵਾਰਤਾਕਾਰ ਦੇ ਫੋਰਮ 'ਚ ਹੋਈ, ਉਹਨਾਂ ਨੇ ਹਰੇਕ ਜਿਹੜਾ ਪੰਜਾਬੀ ਸਾਹਿਤ ਦੇ ਹਰੇਕ ਪੱਖ 'ਚ ਆਪਣੀ ਭੂਮਿਕਾ ਨਿਭਾਈ ਹੈ ਅਤੇ ਹਰੇਕ ਪੱਖ ਦੇ ਵਿੱਚ ਆਪਣੀ ਇੱਕ ਅਮਿਟ ਛਾਪ ਇਮਪ੍ਰਿੰਟ ਛੱਡੇ, ਜਿਹਨੂੰ ਕਿਉਂਕਿ ਜਦੋਂ ਗੁਰਜੰਤ ਜੀ ਇਹਨੂੰ ਸਟੇਜ ਨੂੰ ਕੰਪੇਅਰ ਕਰਦੇ ਸੀ, ਐਂਕਰਿੰਗ ਕਰਦੇ ਸੀ, ਉਹਨਾਂ ਨੇ ਕਿਹਾ ਵੀ ਇਸ ਦੋ ਰੋਜ਼ਾ ਸੈਮੀਨਾਰ ਦੇ ਵਿੱਚ ਪੰਜਾਬੀ ਵਿਭਾਗ ਤੋਂ ਬਿਨਾਂ ਹੋਰ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਨੇ। ਉਹ ਸੁਭਾਵਿਕ ਹੈ ਕਿਉਂਕਿ ਜਦੋਂ ਕੋਈ ਲੇਖਕ ਲਿਖਦਾ ਉਹ ਸਿਰਫ ਪੰਜਾਬੀ ਦੇ ਲਈ ਲਿਖਦਾ, ਉਹ ਸਿਰਫ ਸਾਹਿਤਕਾਰਾਂ ਲਈ ਲਿਖਦਾ। ਜਿਹੜਾ ਲੇਖਕ ਹੈ ਉਹਦਾ ਜਿਹੜਾ ਪਾਠਕ ਹੈ ਉਹ ਕਿਸੇ ਵੀ ਉਮਰ ਦਾ ਹੋ ਸਕਦਾ, ਕਿਸੇ ਵੀ ਜਾਤ ਦਾ, ਧਰਮ ਦਾ, ਕਿਸੇ ਵੀ ਵਿਸ਼ੇ ਦਾ ਹੋ ਸਕਦਾ, ਕਿਉਂਕਿ ਅੰਮ੍ਰਿਤਾ ਪ੍ਰੀਤਮ ਨੂੰ ਤੁਸੀਂ ਵੱਖਰੇ ਨਜ਼ਰੀਏ ਨਾਲ ਪੜ੍ਹਦੇ ਹੋ, ਅਸੀਂ ਪਾਠਕ ਉਹਨਾਂ ਨੂੰ ਵੱਖਰੇ ਨਜ਼ਰੀਏ ਨਾਲ ਪੜ੍ਹਦੇ। ਮੈਂ ਅੰਮ੍ਰਿਤਾ ਪ੍ਰੀਤਮ ਬਾਰੇ ਉਹਨਾਂ ਨਾਵਲ ਪੜ੍ਹੇ, ਮੈਨੂੰ ਯਾਦ ਨਹੀਂ ਸੀ ਆ ਰਿਹਾ ਵੀ ਚੱਕ ਨੰਬਰ 36 ਹੈ ਜਾਂ ਕਿੰਨਾ, ਪਰ ਯਾਦ ਰਿਹਾ, ਯਾਦ ਮੈਨੂੰ ਆਪਣੀ ਯਾਦ 'ਤੇ ਬੜਾ ਮਾਣ ਹੈ। ਮੈਂ ਫਿਰ ਇੰਟਰਨੈਟ 'ਤੇ ਚੈੱਕ ਕੀਤਾ ਵੀ ਵਾਕਈ ਚੈੱਕ ਨੰਬਰ 36 ਮੈਂ ਪੜ੍ਹਿਆ, ਉਦੋਂ ਪੜ੍ਹਿਆ ਸੀ ਜਦੋਂ ਮੈਂ 75-77 ਦੇ ਵਿੱਚ ਇੱਥੇ MA ਕਰਦਾ ਸੀਗਾ, ਉਦੋਂ ਮੈਂ ਪੜ੍ਹਿਆ ਸੀਗਾ ਅਤੇ ਜਾਂ ਉਦੋਂ ਬਾਅਦ ਪੜ੍ਹਿਆ ਹੋਊਗਾ। ਚੈੱਕ ਨੰਬਰ 36 ਮੇਰੇ ਮਨ 'ਚ ਸੀਗਾ ਅਤੇ ਬਾਕੀ ਅੱਖਾਂ ਬਾਦਸ਼ਾਹ ਨੂੰ ਉਹ ਇੱਕ ਉਹਨਾਂ ਦੀ ਉਹ ਕੰਟਰੀਬਿਊਸ਼ਨ ਹੈ, ਜਿਹਨੂੰ ਜੇ ਕਿਸੇ ਪੰਜਾਬੀ ਨੇ ਨਹੀਂ ਪੜ੍ਹਿਆ ਤਾਂ ਸ਼ਾਇਦ ਉਹ ਪੰਜਾਬੀ ਕਹਾਣ ਦਾ ਹੱਕਦਾਰ ਨਹੀਂ ਹੈਗਾ। ਇਸ ਕਰਕੇ ਮੈਨੂੰ ਲੱਗਦਾ ਹਰੇਕ ਪੰਜਾਬੀ ਨੇ ਉਹ ਕਵਿਤਾ ਪੜ੍ਹੀ ਹੋਏਗੀ। ਮੇਰੇ ਕਹਿਣ ਦਾ ਮਤਲਬ ਵੀ ਤੁਸੀਂ ਜਦੋਂ ਇੱਕ ਰਿਸਰਚ ਸਕਾਲਰ ਰਿਪੋਰਟ ਪੜ੍ਹ ਰਹੇ ਸੀ, ਮੈਨੂੰ ਨਾਂ ਭੁੱਲ ਗਿਆ ਬੱਚੇ ਦਾ, ਸਰਬਜੀਤ, ਉਸ ਤੋਂ ਬਾਅਦ 4-5 ਵਿਦਿਆਰਥੀਆਂ ਨੇ ਆਪਣੇ ਦੋ ਜਾਂ ਸੈਮੀਨਾਰ ਤੋਂ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਉਸ ਤੋਂ ਜਾਂ ਦੋ ਅੱਜ ਅਸੀਂ ਇਹ ਕਿਤਾਬਾਂ ਰਿਲੀਜ਼ ਕੀਤੀਆਂ, ਉਹਨਾਂ 'ਚੋਂ ਇੱਕ ਵਿਦਿਆਰਥੀ ਹੈ ਜਾਗਰਨ ਸੰਧੂ ਅਤੇ ਦੂਜੇ ਮੇਰੇ ਕੋਲ ਅਧਿਆਪਕ ਹੈਗੇ ਆ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ।
ਰਮਨਦੀਪ ਵਿਰਕ। ਜਦੋਂ ਮੈਂ ਸਾਰੀ ਉਮਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਾਇਆ, ਮੈਂ ਉੱਥੇ ਵਾਈਸ ਚਾਂਸਲਰ ਅਤੇ ਡੀਨ ਅਕੈਡਮਿਕ ਦਾ ਆਫਿਸ ਛੱਡ ਕੇ ਸਾਰੇ ਆਫਿਸ ਇੰਜੋਏ ਕੀਤੇ, ਪਰ ਮੈਂ ਉਸ ਯੂਨੀਵਰਸਿਟੀ ਦੇ ਵਿੱਚ ਇਹ ਤਜਰਬਾ ਬਹੁਤ ਘੱਟ ਦੇਖਿਆ ਜਿੱਥੇ ਵਿਦਿਆਰਥੀ ਲਿਖਦੇ ਹੋਣ ਅਤੇ ਵਿਦਿਆਰਥੀ ਛਾਪਦੇ ਹੋਣ ਅਤੇ ਕਿਤਾਬਾਂ ਛਾਪਦੇ ਹੋਣ। ਇਹ ਜਿਹੜਾ ਕ੍ਰੈਡਿਟ ਹੈ ਸੀਅਰ ਹੈ ਉਹ ਇੱਥੋਂ ਦੀ ਫੈਕਲਟੀ ਨੂੰ ਜਾਂਦਾ, ਇੱਥੋਂ ਦੇ ਅਧਿਆਪਕਾਂ ਨੂੰ ਜਾਂਦਾ, ਇਹ ਵਿਦਿਆਰਥੀਆਂ ਨੂੰ ਵੀ ਜਾਂਦਾ, ਪਰ ਸਭ ਨਾਲੋਂ ਵੱਡਾ ਕ੍ਰੈਡਿਟ ਅਧਿਆਪਕਾਂ ਨੂੰ ਜਾਂਦਾ ਕਿ ਉਹ ਇੰਨਾ ਸੁਖਾਵਾਂ ਮਾਹੌਲ, ਇੰਨਾ ਕ੍ਰੀਏਟਿਵ ਇਨਵਾਇਰਮੈਂਟ, ਇੰਨਾ ਆਜ਼ਾਦੀ ਵਾਲਾ ਮਾਹੌਲ, ਹਾਲਾਂਕਿ ਇੱਕ ਬੱਚਾ ਵਿਚਦੇ ਜਾਂਦਾ ਜਾਂਦਾ ਚੁਸਕੀ ਜੀ ਲੈ ਗਿਆ ਵੀ ਸਾਨੂੰ ਉਹਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ, ਪਰ ਇਕੱਠੇ ਬੈਠਣਾ ਵੀ ਆਪਣੇ ਆਪ 'ਚ ਇੱਕ ਅਚੀਵਮੈਂਟ ਹੈਗੀ ਹੈ। ਹੌਲੀ ਹੌਲੀ ਝਾਕਾ ਖੁੱਲ੍ਹ ਜਾਂਦਾ, ਹੌਲੀ ਹੌਲੀ ਹੋਰ ਬੋਲਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿ ਡਾਕਟਰ ਸੁਰਜੀਤ ਹੋਰਾਂ ਨੇ ਕਹਿਤਾ ਵੀ ਅੱਜ ਸ਼ਾਮ ਕੋਈ ਬੰਦਿਸ਼ ਨਹੀਂ ਹੋਏਗੀ। ਇਸ ਕਰਕੇ ਜਿਹੜਾ ਅਧਿਆਪਕ ਅਤੇ ਵਿਦਿਆਰਥੀ ਦਾ ਇੱਕ ਜਗ੍ਹਾ 'ਤੇ ਬੈਠਣਾ ਆਪਣੇ ਆਪ 'ਚ ਅਚੀਵਮੈਂਟ ਹੈ, ਇੱਕ ਬਰਾਬਰੀ ਦਾ ਜਿਹੜਾ ਨਿਸ਼ਾਨ ਹੈ ਉਹ ਆਪਣੇ ਆਪ 'ਚ ਅਚੀਵਮੈਂਟ ਹੈ। ਮੈਂ ਫਿਰ ਵਾਪਸ ਜਾਵਾਂਗਾ ਵੀ ਜਿਸ ਯੂਨੀਵਰਸਿਟੀ 'ਚ ਮੈਂ ਸਾਰੀ ਉਮਰ ਨੌਕਰੀ ਕੀਤੀ ਉੱਥੇ ਵਿਦਿਆਰਥੀ ਲਿਖਦੇ ਪੜ੍ਹਦੇ ਬਹੁਤ ਅੱਛਾ, ਲਿਖਦੇ ਬਹੁਤ ਅੱਛਾ ਪੜ੍ਹਦੇ, ਪਰ ਕਿਤਾਬਾਂ ਨਾਵਲ ਇੱਦਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਬਹੁਤ ਘੱਟ ਨੇ। ਉਹਦਾ ਕਾਰਨ ਇਹ ਹੈ ਵੀ ਆਪਣੀ ਯੂਨੀਵਰਸਿਟੀ ਪੰਜਾਬੀ ਪਟਿਆਲਾ ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣੀ ਯੂਨੀਵਰਸਿਟੀ, ਆਪਣੀ ਮਾਤ ਭਾਸ਼ਾ 'ਚ ਕੰਮ ਲਿਖਣਾ ਕਰਨਾ ਬਹੁਤ ਸੌਖਾ ਹੈਗਾ। ਜੇ ਤੁਸੀਂ ਬਗਾਨੀ ਭਾਸ਼ਾ ਦੇ ਵਿੱਚ ਲਿਖੋ ਤਾਂ ਤੁਹਾਨੂੰ ਉਸ ਤਰ੍ਹਾਂ ਦਾ ਤੁਸੀਂ ਲਿਖ ਹੀ ਨਹੀਂ ਸਕਦੇ ਜਿੰਨਾ ਤੁਸੀਂ ਸੋਚਦੇ ਹੈਗੇ ਹੋ। ਇਸ ਕਰਕੇ ਇਸ ਯੂਨੀਵਰਸਿਟੀ ਦੀ ਜੋ ਦੇਣ ਹੈਗੀ ਹੈ ਵੀ ਵਿਦਿਆਰਥੀ ਨੂੰ ਵੀ ਲੇਖਕ ਹੋਣ ਦਾ ਮਾਣ ਹੈਗਾ, ਜਿਵੇਂ ਕਿ ਤੁਸੀਂ ਡਾਕਟਰ ਜਸਵਿੰਦਰ ਸੰਧੂ ਹੈ ਉਸਨੂੰ ਮਤਲਬ ਕਿ ਅਵਾਰਡ ਮਿਲਿਆ, ਆਪਣੇ ਆਪ 'ਚ ਇੱਕ ਅਚੀਵਮੈਂਟ ਹੈ। ਇਹ ਅਵਾਰਡ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੀ ਹਾਸਲ ਕਰ ਸਕਦਾ, ਸ਼ਾਇਦ ਹੋਰ ਕਿਸੇ ਯੂਨੀਵਰਸਿਟੀ ਨੂੰ ਇਹ ਹਾਸਲ ਨਾ ਹੋਵੇ। ਕਿਉਂਕਿ ਜਦੋਂ ਮੈਂ ਤੁਹਾਡੀ ਸਾਰੀ ਇਹਦੀ ਦੋ ਦਿਨ ਜਿਹੜਾ ਸੈਮੀਨਾਰ ਹੋਇਆ ਇਹਦੀ ਜੋ ਤੁਸੀਂ ਕਿਸ ਤਰ੍ਹਾਂ ਇਹ ਆਯੋਜਿਤ ਕੀਤਾ ਗਿਆ, ਤੁਸੀਂ ਕਹਿੰਦੇ ਸਾਰਾ ਕੁਛ ਵਿਦਿਆਰਥੀਆਂ ਦੇ ਹੱਥ ਸੀਗਾ। ਮੈਨੂੰ ਇਹ ਲੱਗਦਾ ਸੀ ਕਿ ਬੜੇ ਸੀਨੀਅਰ ਮੇਰੇ ਕੋਲ ਬੈਠੇ, ਇੱਕ ਤਾਂ ਵਿਦਿਆਰਥੀ ਜੀ ਨਾਲ ਬਿਠਾ ਲੈਂਦੇ ਤਾਂ ਬਹੁਤ ਅੱਛਾ ਰਹਿਣਾ ਸੀਗਾ, ਅਤੇ ਉਹਨਾਂ ਨੂੰ ਵੀ ਲੱਗਣਾ ਸੀ ਯੈਸ ਅਸੀਂ ਵੀ ਪ੍ਰੋਫੈਸਰ ਬਰਾੜ ਦੇ ਬਰਾਬਰ ਜਾ ਕੇ ਬੈਠੇ ਹਾਂ, ਪ੍ਰੋਫੈਸਰ ਸੁਰਜੀਤ ਸਿੰਘ ਦੇ ਬਰਾਬਰ ਬੈਠੇ ਹਾਂ, ਗੁਰਜੰਗ ਤਾਂ ਸਾਡੇ ਵਰਗੇ ਹੀ ਨੇ, ਕੋਈ ਫਰਕ ਨਹੀਂ ਪੈਂਦਾ ਹੈਗਾ। ਅਤੇ ਇਸ ਕਰਕੇ ਮੈਨੂੰ ਲੱਗਦਾ ਵੀ ਓਕੇ ਠੀਕ ਹੈ, ਕਿਉਂਕਿ ਮੈਂ ਮੇਰੀ ਇਕਨੋਮਿਕਸ ਦੀ ਟ੍ਰੇਨਿੰਗ ਆ ਉੱਥੇ ਅਸੰਪਸ਼ਨਸ ਬਹੁਤ ਚੱਲਦੀ ਹੈ, ਇਸ ਕਰਕੇ ਅਸੀਂ ਅਜਿਊਮ ਕਰ ਲਿਆ ਵੀ ਵਿਦਿਆਰਥੀ ਹੈ। ਕਾਫੀ ਗੱਲਾਂ ਨੇ, ਨਾਗਮਣੀ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਆਪਣੇ ਆਪ 'ਚ ਬੜਾ ਟੌਪ ਦਾ ਰਸਾਲਾ ਸੀਗਾ, ਟੌਪ ਦਾ ਮੈਗਜ਼ੀਨ ਸੀਗਾ। ਤੁਸੀਂ ਪਤਾ ਨਹੀਂ ਕਿਸ ਤਰ੍ਹਾਂ ਉਸ ਮੈਗਜ਼ੀਨ ਨੂੰ ਰਸਾਲੇ ਨਾਲ, ਅਸੀਂ ਉਹਦੇ ਡਿਜ਼ਾਇਨ ਤੋਂ ਲੈ ਕੇ ਕੰਟੈਂਟ ਦੋਨੋਂ ਦੇਖਦੇ ਸੀ, ਹਾਲਾਂਕਿ ਸਾਹਿਤ ਮੇਰਾ ਵਿਸ਼ਾ ਨਹੀਂ ਹੈ। ਉਹਦੇ ਜਿਹੜਾ ਡਿਜ਼ਾਇਨ ਸੀ ਉਹ ਆਪਣੇ ਆਪ 'ਚ ਬੜਾ ਮਤਲਬ ਕਿ ਅਟਰੈਕਟਿਵ ਡਿਜ਼ਾਇਨ, ਉਹ ਆਪਣੇ ਆਪ ਹੀ ਤੁਹਾਨੂੰ ਹੱਥ ਮੱਲੋ ਮੱਲੀ ਪੈਂਦਾ ਸੀ ਵੀ ਇਸ ਮੈਗਜ਼ੀਨ ਨੂੰ ਪੜ੍ਹਨਾ ਹੀ ਪੜ੍ਹਨਾ, ਇਸ ਰਸਾਲੇ ਨੂੰ ਪੜ੍ਹਨਾ ਹੀ ਪੜ੍ਹਨਾ। ਉਸ ਤੋਂ ਲੈ ਕੇ ਫਿਰ ਅਸੀਂ ਅੰਦਰ ਜਾ ਕੇ ਉਹਨੂੰ ਪੜ੍ਹਦੇ ਸੀਗੇ, ਇਸ ਕਰਕੇ ਇੰਨਾ ਕ੍ਰੀਏਟਿਵ। ਬਾਕੀ ਉਹਨਾਂ ਨੇ ਨਾਵਲ ਲਿਖੇ, ਕਵਿਤਾਵਾਂ ਲਿਖੀਆਂ, ਲੇਖ ਲਿਖੇ, ਕਹਾਣੀਆਂ ਲਿਖੀਆਂ, ਉਹਨਾਂ ਦਾ ਵਿਸ਼ਲੇਸ਼ਣ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਕੀਤਾ ਹੋਵੇਗਾ, ਪਰ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ ਉਹਨਾਂ ਦਾ ਜੋ ਬਰੀਕੀ ਤੱਕ ਜਾਣਾ, ਪ੍ਰੈਜੈਂਟੇਸ਼ਨ ਤੱਕ ਜਾਣਾ, ਇਹ ਮਾਰਕੀਟਿੰਗ ਦਾ ਯੁੱਗ ਹੈ। ਜਿੰਨੀ ਦੇਰ ਤੱਕ ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਨਹੀਂ, ਤੁਹਾਡੀ ਕਿਤਾਬ ਨੂੰ, ਤੁਹਾਡੇ ਰਸਾਲੇ ਨੂੰ ਕੋਈ ਹੱਥ ਨਹੀਂ ਪਾਉਂਦਾ, ਇੱਥੋਂ ਤੱਕ ਜਾਣਾ
ਇਹ ਵੀ ਆਪਣੇ ਆਪ 'ਚ ਬਹੁਤ ਯਾਨੀ ਕਿ ਉਹਨਾਂ ਦੀ ਬਹੁਤ ਕ੍ਰੀਏਟਿਵ ਜਿਹੜੀ ਚੀਜ਼ ਸੀਗੀ ਜੋ ਕਿ ਸਾਨੂੰ ਉਹਨਾਂ ਦੇ ਵਿੱਚੋਂ ਮਿਲਦੀ ਹੈਗੀ ਹੈ। ਤੁਸੀਂ ਜਦੋਂ ਮੈਂ ਰਿਪੋਰਟ ਸੁਣ ਰਿਹਾ ਸੀਗਾ ਤੁਸੀਂ ਤਿੰਨ ਚਾਰ ਚੀਜ਼ਾਂ ਦਾ ਲੇਖਾ ਜੋਖਾ ਲਿਆ ਅਤੇ ਸਭ ਨੂੰ ਵਧੀਆ ਲੇਖਾ ਜੋਖਾ ਜੋ ਵਿਦਿਆਰਥੀਆਂ ਨੂੰ ਬਹੁਤ ਅੱਛਾ ਲੱਗਿਆ ਵੀ ਤੁਸੀਂ ਉਹ ਲੇਖਕ ਜਿਹੜੇ ਸਾਡੇ ਸਿਲੇਬਸ 'ਚ ਨੇ ਉਹਨਾਂ ਨੂੰ ਰੂਬਰੂ ਕੀਤਾ। ਜਿਵੇਂ ਕਿ ਇੱਕ ਬੱਚੇ ਨੇ ਕਿਹਾ ਵੀ ਕਈ ਲੇਖਕ ਅਸੀਂ ਪਹਿਲੀ ਵਾਰ ਉਹਨਾਂ 'ਚ ਦੇਖੇ ਆ, ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ, ਉਹ ਸੈਰੈਂਟ ਹਾਲ 'ਚ ਦੇਖਿਆ, ਉਹ ਆਪਣੇ ਆਪ 'ਚ ਬਹੁਤ ਵੱਡੀ ਅਚੀਵਮੈਂਟ ਸੀਗੀ। ਉਹਨਾਂ ਨੂੰ ਇਹ ਲੱਗਿਆ ਵੀ ਲੇਖਕ ਵੀ ਸਾਡੇ ਵਰਗੇ ਤੁਰਦੇ ਫਿਰਦੇ ਇਨਸਾਨ ਨੇ ਅਤੇ ਸਾਡੇ ਵਰਗੇ ਨੇ। ਉਹ ਆਪਣੇ ਆਪ 'ਚ ਉਹ ਉੱਥੋਂ ਇੱਕ ਮੋਟੀਵੇਸ਼ਨ ਆਉਂਦਾ ਵੀ ਕੱਲ੍ਹ ਨੂੰ ਮੈਂ ਵੀ ਲੇਖਕ ਬਣ ਸਕਦਾ, ਮੈਂ ਵੀ ਲੇਖਕਾ ਬਣ ਸਕਦੀ। ਉਹ ਰੋਲ ਮਾਡਲ ਦੇ ਤੌਰ 'ਤੇ ਆਪਣੇ ਆਪ 'ਚ ਇੰਸਪੀਰੇਸ਼ਨ ਹੈ ਬੱਚੇ ਦਾ। ਕੱਲ੍ਹ ਅਸੀਂ ਬਹੁਤ ਸੋਹਣਾ ਬਹੁਤ ਅੱਛਾ ਸਮਾਗਮ ਭਾਰਤ ਸਰਕਾਰ ਨੇ DBT ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਅਤੇ ਪੰਜਾਬ ਸਰਕਾਰ ਨੇ ਅਤੇ ਇੱਕ ਭਾਰਤ ਸਰਕਾਰ ਦੀ ਸੰਸਥਾ ਹੈਗੀ ਹੈ ਨਾਭੀ ਮੋਹਾਲੀ ਦੇ ਵਿੱਚ, ਉਹਨਾਂ ਨੇ ਨੋਬਲ ਲੋਰੀਏਟਸ ਜਿਹੜੇ ਜਿਹਨਾਂ ਨੂੰ ਨੋਬਲ ਪੁਰਸਕਾਰ ਮਿਲੇ ਆ ਉਹਨਾਂ ਨੂੰ ਰੂਬਰੂ ਕਰਾਇਆ ਸੀਗਾ। ਬਹੁਤ ਵੱਡਾ ਫੰਕਸ਼ਨ ਸੀਗਾ, ਸਾਡੇ 110-109 ਸਟੂਡੈਂਟ ਆਪਣੀ ਯੂਨੀਵਰਸਿਟੀ ਦੇ ਉੱਤੇ ਗਏ ਹੋਏ ਸੀਗੇ। ਉਹਦਾ ਜਿਹੜਾ ਥੀਮ ਸੀ ਟੀਚਿੰਗ ਐਂਡ ਲਰਨਿੰਗ, ਵੀ ਕਿੱਦਾਂ ਨੋਬਲ ਲੋਰੀਏਟਸ ਤੋਂ ਅਸੀਂ ਟੀਚਿੰਗ ਅਤੇ ਲਰਨਿੰਗ ਸਿੱਖ ਸਕਦੇ ਹਾਂ। ਉੱਥੇ ਜੋ ਤੁਸੀਂ ਅੱਜ ਇੱਥੇ ਤਜਰਬਾ ਕੀਤਾ ਉਹ ਮੇਰੇ ਖਿਆਲ ਇੱਕ ਲੈਸਨ ਬੱਚੇ ਲੈ ਕੇ ਜਾ ਰਹੇ ਵੀ ਕਿੱਦਾਂ ਅਸੀਂ ਲੇਖਕਾਂ ਤੋਂ ਸੁਣ ਕੇ ਕਿੱਦਾਂ ਲੇਖਕ ਬਣ ਸਕਦੇ ਹਾਂ। ਇਹ ਬਹੁਤ ਸੋਹਣੀ ਤੁਸੀਂ ਜਿਹੜੀ ਇੱਕ ਬਹੁਤ ਸੋਹਣਾ ਇੱਕ ਟੇਕ ਅਵੇ ਜਿਵੇਂ ਅਸੀਂ ਕਹਿੰਦੇ ਉਹ ਵਿਦਿਆਰਥੀਆਂ ਨੂੰ ਦਿੱਤਾ ਵੀ ਉਹਨਾਂ ਨੇ ਉਹਨਾਂ ਲੇਖਕਾਂ ਨੂੰ ਸੁਣਿਆ, ਉਹਨਾਂ ਲੇਖਕ ਨੂੰ ਸੁਣਨ ਤੋਂ ਬਾਅਦ ਉਹ ਹੁਣ ਲੇਖਕ ਬਣ ਸਕਦੇ ਆ। ਇਹ ਜਿਹੜੀ ਤੁਸੀਂ ਯਾਦ ਲਾਈ ਹੈ ਇਹ ਆਪਣੇ ਆਪ 'ਚ ਮੇਰਾ ਖਿਆਲ ਹੈ ਵੀ ਅੰਮ੍ਰਿਤਾ ਪ੍ਰੀਤਮ ਦਾ ਸੋਹਣਾ ਜਿਹੜਾ ਜਨਮ ਸ਼ਤਾਬਦੀ ਤੁਸੀਂ ਬਣਾ ਰਹੇ ਹੋ ਉਹ ਲਈ ਬਹੁਤ ਅੱਛੀ ਟ੍ਰਿਬਿਊਟ ਹੈਗੀ ਹੈ ਵੀ ਕਿੰਨਾ ਇੱਕ ਲੇਖਕਾਂ ਤੋਂ ਲੇਖਕਾਂ ਦੇ ਰਾਹੀਂ ਅਸੀਂ ਤੁਸੀਂ ਨਵੇਂ ਲੇਖਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਆਪਣੇ ਆਪ 'ਚ ਮੇਰੇ ਖਿਆਲ ਜੇ ਤੁਸੀਂ ਇਸ ਸਫਲ ਹੋ ਜਾਂਦੇ ਹੋ ਤਾਂ ਸਭ ਨੂੰ ਵਧੀਆ ਤੁਸੀਂ ਵਧੀਆ ਤਰੀਕੇ ਨਾਲ ਅੰਮ੍ਰਿਤਾ ਪ੍ਰੀਤਮ ਜੀ ਦਾ 100ਵਾਂ ਜਨਮ ਦਿਹਾੜਾ ਅਤੇ 121ਵਾਂ ਜਨਮ ਦਿਹਾੜਾ ਮੁਨਾਸਿਬ ਹੋਵੇ। ਜਦੋਂ ਪ੍ਰੋਫੈਸਰ ਬਰਾੜ ਬੋਲ ਰਹੇ ਸੀਗੇ ਉਹਨਾਂ ਨੇ ਦੋ ਗੱਲਾਂ ਕੀਤੀਆਂ ਵੀ ਇੱਕ ਤਾਂ ਕੂਟਾ ਨੂੰ ਰਾਈਟ ਕੀਤਾ ਡੈਮੋਕ੍ਰੇਸੀ ਇਜ਼ ਆਲਵੇਜ਼ ਬੈਟਰ ਦੈਨ ਕਿਓਸ, ਜੇ ਕਿਓਸ ਹੋਏਗਾ ਤਾਂ ਉਹ ਹਰੇਕ ਲਈ ਡੇਂਜਰਸ ਹੈ ਅਤੇ ਡੈਮੋਕ੍ਰੇਸੀ ਇਜ਼ ਫੇਵਰਬਲ ਟੂ ਆਲ ਆਫ ਅਸ। ਅਤੇ ਦੂਸਰਾ ਸ਼ਾਇਦ ਇਹਨਾਂ ਨੇ ਸ਼ੇਅਰ ਨਹੀਂ ਕੀਤਾ, ਮੈਂ 100% ਨਿਊਟਰਲ ਹੋ ਕੇ ਇਲੈਕਸ਼ਨਾਂ ਕਰਾਂ, 100% ਨਾਨ ਟੀਚਿੰਗ ਦੇ ਕਿਸੇ ਇਲੈਕਸ਼ਨ 'ਚ ਇੰਟਰਸਟ ਹੈ, ਨਾ ਟੀਚਿੰਗ ਜਿਹੜੀਆਂ ਇਲੈਕਸ਼ਨਾਂ ਵਿੱਚ ਇੰਟਰਸਟ ਹੈ। ਜੋ ਵੀ ਮਤਲਬ ਕਿ ਆਫਿਸ ਵੇਅਰ ਜਿੱਤ ਕੇ ਆਉਣਗੇ ਉਹਨਾਂ ਨੂੰ ਖਿੜੇ ਮੱਥੇ ਡੈਮੋਕ੍ਰੈਟਿਕ ਪ੍ਰੋਸੈਸ 'ਚੋਂ ਨਿਕਲੇ ਨਾਲ ਗੱਲਬਾਤ ਕੀਤੀ ਜਾਏਗੀ। ਇਸ ਕਰਕੇ ਮੈਂ ਕਿਸੇ ਦੇ ਵੀ ਨਾਲ ਹਾਂ ਜਾਂ ਨਾ ਨਹੀਂ ਖੜਿਆ, ਇਹ ਮੇਰੇ ਦੂਸਰੀ ਯਾਨੀ ਕਿ ਕੂਟਾ ਨੂੰ ਜਾਂ ਇਸ ਯੂਨੀਵਰਸਿਟੀ ਡੈਮੋਕ੍ਰੇਸੀ ਨੂੰ ਇੱਕ ਆਪਣੇ ਵੱਲੋਂ ਮੈਂ ਕੋਸ਼ਿਸ਼ ਕੀਤੀ ਹੈ, ਮੈਂ ਪੂਰੇ ਡਿਸਿਪਲਿਨ 'ਚ ਰਹਿ ਕੇ ਇਲੈਕਸ਼ਨ ਕਰਾਈਆਂ। ਤੀਸਰਾ ਰੂਸਾ ਦੀ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ, ਦੋ ਗੱਲਾਂ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ। ਇੱਕ ਤਾਂ ਜਿਵੇਂ ਕਿ ਪ੍ਰੋਫੈਸਰ ਸੁਖਜੀਤ ਸਿੰਘ ਹੋਰਾਂ ਨੇ ਕਿਹਾ ਵੀ ਇਸ ਯੂਨੀਵਰਸਿਟੀ ਦੇ ਤਿੰਨ ਵਿਭਾਗ ਨੇ ਜਿਹੜੇ ਸਿਰਕੱਢ ਵਿਭਾਗ ਨੇ ਜਿਨ੍ਹਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਹਾਈਐਸਟ ਜਿਹੜੇ ਮਤਲਬ ਕਿ ਉਸ ਸੈਪ ਦੇ ਅੰਡਰ ਰਿਕੋਗਨੀਸ਼ਨ ਹੋ ਸਕਦੀ ਹੈ, ਇਕਨੋਮਿਕਸ ਹੈ, ਫਿਜਿਕਸ ਹੈ ਅਤੇ ਪੰਜਾਬੀ ਹੈ।
ਪਰ ਪੰਜਾਬੀ ਵਿਭਾਗ ਨਾਲ ਦੋਨਾਂ ਤੋਂ ਵੀ ਬਹੁਤ ਅੱਗੇ ਦਾ ਵਿਭਾਗ ਹੈ, ਕਿਉਂਕਿ ਜਿਸ ਨਾਂ 'ਤੇ ਯੂਨੀਵਰਸਿਟੀ ਬਣੀ ਹੋਈ ਹੈ ਉਸ ਨਾਂ ਨੂੰ ਰਿਪ੍ਰਜੈਂਟ ਕਰਦਾ, ਉਸ ਮੈਂਡੇਟ ਨੂੰ ਰਿਪ੍ਰਜੈਂਟ ਕਰਦਾ। ਇਸ ਸੰਬੰਧ 'ਚ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਇੱਕ ਤਾਂ ਜੋ ਵੀ ਪ੍ਰਪੋਜ਼ਲ ਹੁਣ ਤੱਕ ਪੰਜਾਬੀ ਵਿਭਾਗ ਵੱਲੋਂ ਆਈ ਹੈ ਉਸਨੂੰ ਮੰਨਿਆ ਗਿਆ, 100% ਮੰਨਿਆ ਗਿਆ, ਕਿਸੇ ਵੀ ਜਗ੍ਹਾ ਉਹਨੂੰ ਨਾਂਹ ਨਹੀਂ ਕੀਤੀ ਗਈ। ਮੇਰੇ ਕੋਲ ਇਨਫੋਰਮਲੀ ਤੁਹਾਡੇ ਹੈੱਡ ਸਾਹਿਬ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਆਏ ਸੀ, ਮੈਂ ਉਹਨਾਂ ਨੂੰ ਕਿਹਾ ਵੀ ਰੂਸਾ ਚੱਲ ਰਹੀ ਹੈ, ਰੂਸਾ ਬੰਦ ਨਹੀਂ ਹੋਈ, ਤੁਸੀਂ ਪ੍ਰਪੋਜ਼ਲ ਲੈ ਆਓ, ਜੋ ਵੀ ਤੁਹਾਡਾ ਪ੍ਰਪੋਜ਼ਲ ਹੋਏਗੀ ਰੂਸਾ ਦੇ ਵਿੱਚ ਉਹਦੇ ਤਹਿਤ ਢੁੱਕਵੀਂ ਰਕਮ ਉਹਨੂੰ ਐਲੋਕੇਟ ਕਰ ਦਿੱਤੇ ਜਾਣਗੇ, ਫੰਡਸ ਨੂੰ ਐਲੋਕੇਟ ਕਰਦੇ ਜਾਣਗੇ, ਫੰਡਸ ਦੀ ਰੂਸਾ ਦੇ ਅਧੀਨ ਤੁਹਾਡੀ ਜੋ ਵੀ ਪ੍ਰਪੋਜ਼ਲ ਆਏਗੀ ਉਹਨੂੰ ਅਵੈਲੂਏਟ ਕਰਕੇ ਉਹਦੇ ਮੁਤਾਬਿਕ ਤੁਹਾਨੂੰ ਫੰਡ ਮਿਲ ਜਾਣਗੇ। ਇਸ ਕਰਕੇ ਮੈਂ ਸਾਰੇ ਹਾਊਸ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਅੱਛੀ ਤੋਂ ਅੱਛੀ ਪ੍ਰਪੋਜ਼ਲ ਪੰਜਾਬੀ ਵਿਭਾਗ ਤੋਂ ਆਵੇ, ਡਿਫਰੈਂਟ ਤਰੀਕੇ ਦੀ ਪ੍ਰਪੋਜ਼ਲ ਪੰਜਾਬੀ ਵਿਭਾਗ ਤੋਂ ਆਵੇ। ਮੈਂ ਪ੍ਰੋਫੈਸਰ ਸੁਰਜੀਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਵੱਲੋਂ ਨੂੰ ਇੱਕ ਹੋਰ ਸਲਾਹ ਦਿੱਤੀ ਹੈ ਵੀ ਤੁਸੀਂ ਸਿਰਫ ਪੰਜਾਬੀ ਵਿਭਾਗ ਨਾਲ ਸੀਮਤ ਸਾਨੂੰ ਸਕੀਮ ਨਾ ਬਣਾ ਕੇ ਦਿਓ, ਪ੍ਰਪੋਜ਼ਲ ਨਾ ਬਣਾ ਕੇ ਦਿਓ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਅੰਮ੍ਰਿਤਾ ਪ੍ਰੀਤਮ ਬਿਲੋਂਗਸ ਟੂ ਆਲ ਡਿਸਿਪਲਿਨਸ, ਰਿਪ੍ਰਜੈਂਟ ਆਲ ਡਿਸਿਪਲਿਨ, ਸਾਹਿਤ ਜਿਹੜਾ ਹੈਗਾ ਉਹ ਪੰਜਾਬੀ ਵਿਭਾਗ ਅਤੇ ਬਾਕੀ ਲੇਖਕਾਂ ਦੀ ਦੇਣ ਹੈਗੇ, ਪਰ ਸਾਹਿਤ ਦੇ ਨੂੰ ਜਿਹੜੇ ਉਹਨੂੰ ਕੰਜ਼ਿਊਮ ਕਰਦੇ ਉਹਨੂੰ ਵਰਤਦੇ ਹੋ ਅਸੀਂ ਸਾਰੇ ਹੈਗੇ। ਇਸ ਕਰਕੇ ਮੈਂ ਇਹਨਾਂ ਨੂੰ ਇੱਕ ਸਲਾਹ ਦਿੱਤੀ ਹੈ ਵੀ ਜਿਹੜੀ ਤੁਹਾਡੀ ਪ੍ਰਪੋਜ਼ਲ ਹੈ ਉਹ ਇੰਟਰ ਡਿਸਿਪਲਿਨਰੀ ਇਨ ਨੇਚਰ ਹੋਣੀ ਚਾਹੀਦੀ, ਉਹ 'ਚ ਸੋਸ਼ਲ ਸਾਇੰਸਿਸ ਵੀ ਪਾਰਟਨਰ ਹੋਣ, ਉਹ 'ਚ ਪਰਫਾਰਮਿੰਗ ਆਰਟਸ ਵੀ ਪਾਰਟਨਰ ਹੋਣ, ਔਰ ਕਲਚਰ ਵੀ ਪਾਰਟਨਰ ਹੋਵੇ। ਵੀ ਜੇ ਤੁਸੀਂ ਇੱਦਾਂ ਦੀ ਆਲ ਇਨਕੰਪਾਸਿੰਗ ਪ੍ਰਪੋਜ਼ਲ ਬਣਾਓਗੇ ਰੂਸਾ ਤੋਂ ਬਿਨਾਂ ਵੀ ਉਸ ਲਈ ਫੰਡ ਮੁਹੱਈਆ ਕੀਤੇ ਜਾ ਸਕਦੇ ਨੇ। ਇਸ ਕਰਕੇ ਜੇ ਅੱਜ ਆਪਾਂ ਅੰਮ੍ਰਿਤਾ ਪ੍ਰੀਤਮ ਜੀ ਦਾ 100ਵਾਂ ਜਨਮ ਦਿਹਾੜਾ ਮਨਾ ਰਹੇ ਅਤੇ ਨਾਲ ਨਾਲ ਅਸੀਂ ਕੋਈ ਉੱਦਾਂ ਦੀ ਪ੍ਰਪੋਜ਼ਲ ਲੈ ਕੇ ਆਈਏ ਜਿਸ 'ਚ ਸਾਰੇ ਵਿਭਾਗ ਇਕੱਠੇ ਹੋ ਕੇ ਪੰਜਾਬੀ ਸਾਹਿਤ ਅਤੇ ਬੋਲੀ ਨੂੰ ਅਤੇ ਕਲਚਰ ਨੂੰ, ਸੱਭਿਆਚਾਰ ਨੂੰ, ਕਲਾ ਨੂੰ ਹੋਰ ਵੀ ਪ੍ਰਫੁੱਲਿਤ ਕਰਨ, ਹਰੇਕ ਵਿਸ਼ੇ ਦਾ ਸਾਹਿਤ ਪ੍ਰਤੀ, ਹਰੇਕ ਵਿਸ਼ੇ ਦਾ ਸੱਭਿਆਚਾਰ ਪ੍ਰਤੀ, ਹਰੇਕ ਵਿਸ਼ੇ ਦਾ ਕਲਾ ਪ੍ਰਤੀ ਆਪਣਾ ਇੱਕ ਪਰਸਪੈਕਟਿਵ ਹੈ। ਜੇ ਤੁਸੀਂ ਇਕੱਠੇ ਹੋ ਕੇ ਉਹਨਾਂ ਪਰਸਪੈਕਟਿਵ ਨੂੰ ਇਕੱਠੇ ਕਰਕੇ ਇੱਕ ਪਰਸਪੈਕਟਿਵ ਡਿਵੈਲਪ ਕਰੋ, ਮੇਰਾ ਖਿਆਲ ਹੈ ਵੀ ਇਹ 2 ਰੋਜ਼ਾ ਸੈਮੀਨਾਰ ਦੀ ਸਭ ਤੋਂ ਵਧੀਆ ਅੱਛੀ ਢੁੱਕਵੀਂ ਕੰਟਰੀਬਿਊਸ਼ਨ ਹੋ ਸਕਦੀ ਹੈ, ਅੱਛਾ ਟ੍ਰਿਬਿਊਟ ਅੰਮ੍ਰਿਤਾ ਪ੍ਰੀਤਮ ਜੀ ਨੂੰ ਹੋ ਸਕਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਪ੍ਰੋਫੈਸਰ ਬਰਾੜ ਸਾਹਿਬ ਦੀ ਪ੍ਰਪੋਜ਼ਲ ਨੂੰ ਮੰਨਦੇ ਹੋਇਆਂ ਤੁਹਾਡੀ ਵੀ ਜ਼ਿੰਮੇਵਾਰੀ ਲਾ ਰਿਹਾ ਹੈਗਾ ਵੀ ਪ੍ਰਪੋਜ਼ਲ ਇੰਨੀ ਵਧੀਆ ਹੋਵੇ ਵੀ ਰੂਸਾ ਕਿ ਰੂਸਾ ਤੋਂ ਬਾਹਰ ਵੀ ਆਪਾਂ ਫੰਡਸ ਉਹਦੇ ਲਈ ਮੁਹੱਈਆ ਕਰਾ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤਿੰਨਾਂ ਧਿਰਾਂ ਨੂੰ, ਜਿਹੜੀ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਹੈ, ਪੰਜਾਬੀ ਵਿਭਾਗ ਹੈ ਅਤੇ ਨਾਲ ਪੰਜਾਬ ਕਲਾ ਪ੍ਰੀਸ਼ਦ ਹੈ ਜੋ ਕਿ ਸੁਰਜੀਤ ਪਾਤਰ ਜੀ ਨੂੰ ਅੱਜ ਕੱਲ੍ਹ ਹੈਡ ਕਰ ਰਹੇ ਹਨ, ਮੈਂ ਤਿੰਨਾਂ ਅਦਾਰਿਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ, ਵਧਾਈਆਂ ਦਿੰਦਾ ਅਤੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਬੜੇ ਧਿਆਨ ਨਾਲ ਸੁਣਿਆ ਅਤੇ ਖਾਸ ਕਰਕੇ ਪਵਨ ਲੜਕਾ ਆਇਆ ਸੀ ਇੱਧਰੋਂ ਸੰਧੂ ਸੀ ਲੜਕਾ ਅਤੇ ਇੱਕ ਲੜਕਾ ਕੋਈ ਹੋਰ ਸੀਗਾ ਕਾਲਾ, ਕਾਲੇ ਤੋਂ ਮੈਨੂੰ ਯਾਦ ਆ ਗਿਆ ਉਹਦਾ ਨਾਂ ਕਾਲਾ ਸੀ ਅਤੇ ਮੇਰਾ ਨਾਂ ਭੂਰਾ ਹੈਗਾ, ਇਸ ਕਰਕੇ ਅਸੀਂ ਦੋਨੋਂ ਇੱਕ ਦੂਜੇ 'ਤੇ
ਪਾਤਰਾਂ ਨੂੰ ਬਿਲੋਂਗ ਕਰਦਾ, ਮੈਂ ਬਹਿਰੇ ਨੂੰ ਬਿਲੋਂਗ ਕਰਦਾ, ਅਸੀਂ ਨੇੜੇ ਨੇੜੇ ਹਾਂ, ਇਸ ਕਰਕੇ ਥੈਂਕ ਯੂ ਵੈਰੀ ਮਚ।